ਬੱਚੇ ਨੂੰ ਸਕੂਲ ਲੈ ਕੇ ਜਾਂਦੇ ਇੱਕ ਸਕੂਲ ਬੱਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਸਕੂਲ ਬੱਸ ਬੇਕਾਬੂ ਹੋ ਕੇ ਇੱਕ ਦਰਖਤ 'ਚ ਜਾ ਵੱਜੀ ਤੇ ਇੱਕ ਪਹਿਲੀ ਕਲਾਸ ਦੇ ਮਾਸੂਮ ਬੱਚੇ ਦੀ ਥਾਂ ਹੀ ਮੌਤ ਹੋ ਗਈ ਹੈ। ਜਿਸਦੇ ਮਾਪੇ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਹੋਏ ਨੇ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਿੰਨ ਹੋਰ ਬੱਚੇ ਨੇ ਜੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਨਸ਼ੇ ਦੇ ਵਿੱਚ ਸੀ, ਉਸਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਿਆ ਹੈ। ਅਤੇ ਹਾਦਸਾ ਵਾਪਰਨ ਤੋਂ ਬਾਅਦ ਜਿੱਥੇ ਮਾਪੇ ਵੀ ਪਹੁੰਚ ਚੁੱਕੇ ਨੇ ਹਾਦਸੇ ਵਾਲੀ ਥਾਂ 'ਤੇ, ਲੋਕ ਇਕੱਠੇ ਹੋ ਗਏ ਨੇ, ਤਾਂ ਸਕੂਲ ਦਾ ਕੋਈ ਵੀ ਅਧਿਆਪਕ ਜਾਂ ਪ੍ਰਿੰਸੀਪਲ ਇੱਥੇ ਨਹੀਂ ਪਹੁੰਚਿਆ, ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਗੁੱਸਾ ਵੀ ਜ਼ਾਹਰ ਕੀਤਾ ਗਿਆ ਹੈ। ਦੱਸ ਦਈਏ ਕਿ ਜਗਰਾਓ ਦੇ ਵਿੱਚ ਇੱਕ ਨਿੱਜੀ ਸਕੂਲ ਬੱਸ ਹੈ ਇਹ, ਜਿੱਥੇ ਹਾਦਸਾ ਹੋਇਆ ਹੈ, ਦਰਖਤ ਦੇ ਨਾਲ ਜਾ ਟਕਰਾਈ ਹੈ ਸਕੂਲ ਬੱਸ, ਅਤੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਡਰਾਈਵਰ ਸੀ ਉਹ ਨਸ਼ੇ ਦੀ ਹਾਲਤ ਸੀ। ਪਹਿਲੇ ਤਾਂ ਤਸਵੀਰਾਂ ਦੇਖੋ ਕੀ ਹਾਲ ਹੋਇਆ ਹੈ ਬੱਸ ਦਾ। ਜਦੋਂ ਇਹ ਦਰਖਤ 'ਚ ਵੱਜੀ ਹੈ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿੰਨੀ ਤੇਜ਼ ਰਫ਼ਤਾਰ ਹੋਏਗੀ। ਮੂਰਲਾ ਹਿੱਸਾ ਇਸ ਬੱਸ ਦਾ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਗਿਆ ਹੈ, ਅਤੇ ਜੋ ਬੱਚੇ ਜ਼ਖਮੀ ਹੋਏ ਨੇ ਅਤੇ ਜਿਸ ਬੱਚੇ ਦੀ ਮੌਤ ਹੋਈ ਹੈ ਉਹ ਇੰਨਾ ਹੀ ਅਗਲੀਆਂ ਸੀਟਾਂ ਦੇ ਉੱਤੇ ਬੈਠੇ ਹੋਏ ਸਨ, ਜੋ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਇੱਕ ਪਹਿਲੀ ਜਮਾਤ ਦੇ ਬੱਚੇ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਹੋਰ ਨੇ ਜੋ ਗੰਭੀਰ ਜ਼ਖਮੀ ਨੇ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਅਤੇ ਜਿਨ੍ਹਾਂ ਦੇ ਮਾਸੂਮ ਬੱਚੇ ਦੀ ਇੱਥੇ ਥਾਂ ਹੀ ਜਾਨ ਨਿਕਲੀ ਹੈ, ਤਾਂ ਹਾਂ ਮਾਰ ਮਾਰ ਉਹ ਮਾਪੇ ਵੀ ਰੋ ਰਹੇ ਨੇ। ਇੱਥੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜਿਹੜਾ ਬੱਸ ਦਾ ਡਰਾਈਵਰ ਸੀ ਉਹ ਨਸ਼ੇ ਦੇ ਵਿੱਚ ਸੀ, ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਿਆ ਹੈ। ਅਤੇ ਮੌਕੇ 'ਤੇ ਕੋਈ ਵੀ ਨਹੀਂ ਪਹੁੰਚਿਆ, ਨਾ ਤਾਂ ਕੋਈ ਅਧਿਆਪਕ ਅਤੇ ਨਾ ਹੀ ਕੋਈ ਪ੍ਰਿੰਸੀਪਲ ਇੱਥੇ ਹਾਲਾਤ ਦੇਖਣ ਪਹੁੰਚੇ ਨੇ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਕਾਰਵਾਈ ਦੀ ਗੱਲ ਆਖਰੀ ਹੈ। ਦੂਜੇ ਪਾਸੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਬੱਸ ਦੇ ਵਿੱਚ ਜ਼ਿਆਦਾ ਬੱਚੇ ਚੜ੍ਹਾਏ ਹੁੰਦੇ ਨੇ ਤਾਂ ਵੀ ਸਕੂਲ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ, ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸੋ ਇੱਥੇ ਸਿੱਧੀ ਸਿੱਧੀ ਲਾਪਰਵਾਹੀ ਜਿਹੜੀ ਹੈ ਉਹ ਸਕੂਲ ਪ੍ਰਬੰਧਕਾਂ ਦੀ ਦੱਸੀ ਜਾ ਰਹੀ ਹੈ, ਡਰਾਈਵਰ ਦੀ ਦੱਸੀ ਜਾ ਰਹੀ ਹੈ, ਜਿਸ ਲਈ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬੱਚੇ ਨੂੰ ਸਕੂਲ ਲੈ ਕੇ ਜਾਂਦੇ ਇੱਕ ਸਕੂਲ ਬੱਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਤੇਜ਼ ਰਫ਼ਤਾਰ ਸਕੂਲ ਬੱਸ ਬੇਕਾਬੂ ਹੋ ਕੇ ਇੱਕ ਦਰਖਤ 'ਚ ਜਾ ਵੱਜੀ ਤੇ ਇੱਕ ਪਹਿਲੀ ਕਲਾਸ ਦੇ ਮਾਸੂਮ ਬੱਚੇ ਦੀ ਥਾਂ ਹੀ ਮੌਤ ਹੋ ਗਈ ਹੈ। ਜਿਸਦੇ ਮਾਪੇ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਹੋਏ ਨੇ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਿੰਨ ਹੋਰ ਬੱਚੇ ਨੇ ਜੋ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਨਸ਼ੇ ਦੇ ਵਿੱਚ ਸੀ, ਉਸਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਿਆ ਹੈ। ਅਤੇ ਹਾਦਸਾ ਵਾਪਰਨ ਤੋਂ ਬਾਅਦ ਜਿੱਥੇ ਮਾਪੇ ਵੀ ਪਹੁੰਚ ਚੁੱਕੇ ਨੇ ਹਾਦਸੇ ਵਾਲੀ ਥਾਂ 'ਤੇ, ਲੋਕ ਇਕੱਠੇ ਹੋ ਗਏ ਨੇ, ਤਾਂ ਸਕੂਲ ਦਾ ਕੋਈ ਵੀ ਅਧਿਆਪਕ ਜਾਂ ਪ੍ਰਿੰਸੀਪਲ ਇੱਥੇ ਨਹੀਂ ਪਹੁੰਚਿਆ, ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਗੁੱਸਾ ਵੀ ਜ਼ਾਹਰ ਕੀਤਾ ਗਿਆ ਹੈ। ਦੱਸ ਦਈਏ ਕਿ ਜਗਰਾਓ ਦੇ ਵਿੱਚ ਇੱਕ ਨਿੱਜੀ ਸਕੂਲ ਬੱਸ ਹੈ ਇਹ, ਜਿੱਥੇ ਹਾਦਸਾ ਹੋਇਆ ਹੈ, ਦਰਖਤ ਦੇ ਨਾਲ ਜਾ ਟਕਰਾਈ ਹੈ ਸਕੂਲ ਬੱਸ, ਅਤੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਡਰਾਈਵਰ ਸੀ ਉਹ ਨਸ਼ੇ ਦੀ ਹਾਲਤ ਸੀ। ਪਹਿਲੇ ਤਾਂ ਤਸਵੀਰਾਂ ਦੇਖੋ ਕੀ ਹਾਲ ਹੋਇਆ ਹੈ ਬੱਸ ਦਾ। ਜਦੋਂ ਇਹ ਦਰਖਤ 'ਚ ਵੱਜੀ ਹੈ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿੰਨੀ ਤੇਜ਼ ਰਫ਼ਤਾਰ ਹੋਏਗੀ। ਮੂਰਲਾ ਹਿੱਸਾ ਇਸ ਬੱਸ ਦਾ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਗਿਆ ਹੈ।
ਤੇ ਜੋ ਬੱਚੇ ਜ਼ਖਮੀ ਹੋਏ ਨੇ ਤੇ ਜਿਸ ਬੱਚੇ ਦੀ ਮੌਤ ਹੋਈ ਹੈ ਉਹ ਇਹਨਾਂ ਹੀ ਅਗਲੀਆਂ ਸੀਟਾਂ ਦੇ ਉੱਤੇ ਬੈਠੇ ਹੋਏ ਸਨ ਜੋ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਇੱਕ ਪਹਿਲੀ ਜਮਾਤ ਦੇ ਬੱਚੇ ਦੀ ਤਾਂ ਥਾਂ ਹੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਹੋਰ ਨੇ ਜੋ ਗੰਭੀਰ ਜ਼ਖਮੀ ਨੇ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਜਿਨ੍ਹਾਂ ਦੇ ਮਾਸੂਮ ਬੱਚੇ ਦੀ ਇੱਥੇ ਥਾਂ ਹੀ ਜਾਨ ਨਿਕਲੀ ਹੈ ਤਾਂ ਹਾਂ ਮਾਰ ਮਾਰ ਉਹ ਮਾਪੇ ਵੀ ਰੋ ਰਹੇ ਨੇ। ਇੱਥੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜਿਹੜਾ ਬੱਸ ਦਾ ਡਰਾਈਵਰ ਸੀ ਉਹ ਨਸ਼ੇ ਦੇ ਵਿੱਚ ਸੀ, ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਕੋਈ ਵੀ ਨਹੀਂ ਪਹੁੰਚਿਆ, ਨਾ ਤਾਂ ਕੋਈ ਅਧਿਆਪਕ ਤੇ ਨਾ ਹੀ ਕੋਈ ਪ੍ਰਿੰਸੀਪਲ ਇੱਥੇ ਹਾਲਾਤ ਦੇਖਣ ਪਹੁੰਚੇ ਨੇ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਕਾਰਵਾਈ ਦੀ ਗੱਲ ਆਖਰੀ ਹੈ। ਦੂਜੇ ਪਾਸੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਬੱਸ ਦੇ ਵਿੱਚ ਜ਼ਿਆਦਾ ਬੱਚੇ ਚੜਾਏ ਹੁੰਦੇ ਨੇ ਤਾਂ ਵੀ ਸਕੂਲ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸੋ ਇੱਥੇ ਸਿੱਧੀ ਸਿੱਧੀ ਲਾਪਰਵਾਹੀ ਜਿਹੜੀ ਹੈ ਉਹ ਸਕੂਲ ਪ੍ਰਬੰਧਕਾਂ ਦੀ ਦੱਸੀ ਜਾ ਰਹੀ ਹੈ, ਡਰਾਈਵਰ ਦੀ ਦੱਸੀ ਜਾ ਰਹੀ ਹੈ, ਜਿਸ ਲਈ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।